ਸਸ ਸਾਰੀਓ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ 8ਵੀਂ ਜਮਾਤ ਵਾਲਿਆਂ ਦਾ ਪੰਜਾਬੀ ਦਾ ਜਿਹੜਾ ਵਿਸ਼ਾ ਹੈ ਉਹਦਾ ਸੈਂਪਲ ਪੇਪਰ ਲੈ ਕੇ ਆਏ ਹਾਂ ਪੂਰੀ ਤਰ੍ਹਾਂ ਹਲਕੀਤਾ ਹੋਇਆ ਹੈ ਤੁਹਾਡੀ ਸਹੂਲਤ ਦੇ ਲਈ ਠੀਕ ਹੈ ਜੀ ਸੋ ਜੋ ਕਿ ਤੁਹਾਡੇ ਨਵੰਬਰ ਜਿਹੜਾ سوری ਤੁਹਾਡੇ ਬਾਈ ਮਨਥਲੀ ਪੇਪਰ ਹੋ ਰਹੇ ਹਨ ਉਹਦੇ ਪੈਟਰਨ ਦੇ ਅਕੋਰਡਿੰਗ ਹੈ ਠੀਕ ਹੈ ਜੀ ਸੋ ਆਓ ਸ਼ੁਰੂ ਕਰਦੇ ਹਾਂ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਜੋ ਬਾਕੀ ਵਿਦਿਆਰਥੀਆਂ ਤੱਕ ਵੀ ਇਹ ਪੇਪਰ ਤੁਸੀਂ ਆਪਣਾ ਪਹੁੰਚਾ ਦਿਓ ਠੀਕ ਹੈ ਜੀ ਇਹ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ ਜ्यादातर ਜਿਹੜੇ ਵੀ ਪੇਪਰ ਉੱਪਰ ਸੋਲਵ ਕੀਤੇ ਆਉਂਦੇ ਆ ਉਹਨਾਂ ਦੀ ਲਿੰਕ ਦਿੱਤੇ ਹੁੰਦੇ ਆ ਥੱਲੇ ਤੁਸੀਂ ਕਲਿੱਕ ਕਰਕੇ ਪੇਪਰ ਨੂੰ ਡਾਊਨਲੋਡ ਕਰਕੇ ਆਰਾਮ ਨਾਲ ਬੈਠ ਕੇ ਪੜ੍ਹ ਵੀ ਸਕਦੇ ਹੋ ਠੀਕ ਹੈ ਜੀ ਸੋ ਆਓ ਸ਼ੁਰੂ ਕਰਦੇ ਹਾਂ ਸੈਸ਼ਨ 2022-23 ਨਵੰਬਰ 2022 ਵਿਸ਼ਾ ਪੰਜਾਬੀ ਪਹਿਲੀ ਭਾਸ਼ਾ ਲਿਖਤੀ ਅੰਕ ਨੇ 43 8ਵੀਂ ਕ ਸੁੰਦਰ ਲਿਖਾਈ ਦੇ ਤੁਹਾਨੂੰ ਦੋ ਅੰਕ ਨੇ ਠੀਕ ਹੈ ਜੀ ਕੁੱਲ ਅੰਕ ਜਿਹੜੇ ਤੁਹਾਡੇ ਹੋ ਜਾਂਦੇ ਹਨ 45 ਸੋ ਪ੍ਰਸ਼ਨ ਨੰਬਰ 1 ਸੁੰਦਰ ਲਿਖਾਈ ਇਹ ਦੋ ਅੰਕਾਂ ਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਭਾਗ ਊੜਾ ਪ੍ਰਸ਼ਨ ਨੰਬਰ 2 ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ ਸੋ ਇਹ ਪੰਜ ਨੰਬਰਾਂ ਦੇ ਹੈ ਸਭ ਤੋਂ ਪਹਿਲਾਂ ਉੱਪਰ ਪੈਰਾ ਦਿੱਤਾ ਗਿਆ ਹੈ ਸੋ نیچے ਉਸੇ ਪੈਰੇ 'ਚੋਂ ਪ੍ਰਸ਼ਨ ਹਨ ਸੋ ਆਓ ਕਰਦੇ ਹਾਂ ਫਟਾਫਟ ਪਹਿਲਾਂ ਮੈਂ ਇੱਕ ਵਾਰੀ ਪੈਰਾ ਪੜ੍ਹਦਾ ਹਾਂ ਭਾਗ 2 ਦੇ ਪਹਿਲੇ ਪੱਖ 1 ਸਾਲ ਛੜੀ ਲੱਗ ਗਈ ਤਿੰਨ-ਚਾਰ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਚਾਰੇ ਪਾਸੇ ਜਲਤਲ ਹੋ ਗਿਆ ਮੀਂਹ ਰੁਕੇ ਤੇ ਪੰਛੀ ਆਪਣੇ ਖੰਭਾਂ ਨੂੰ ਝਾੜਦੇ ਤੇ ਚੋਗ ਲਈ ਉਡਾਨ ਭਰਦੇ ਪਰ ਕਿੱਥੇ ਐਨੀ ਦੇਰ ਨੂੰ ਤਾਂ ਬਾਰਿਸ਼ ਫੇਰ ਆ ਜਾਂਦੀ ਕਈ ਦਿਨ ਇਹ ਸਿਲਸਿਲਾ ਚੱਲਦਾ ਰਿਹਾ ਅਸੀਂ ਚਲਦੇ ਪਾਣੀ ਵਿੱਚ ਮੰਜੀਆਂ ਢਾ ਕੇ ਪਸ਼ੂਆਂ ਲਈ ਹਰਾ ਚਾਰਾ ਵੜਿਆ ਜੇ ਪਸ਼ੂ ਚਰਨ ਲਈ ਬਾਹਰ ਛੱਡ ਜਾਂਦੇ ਤਾਂ ਉਹਨਾਂ ਦੇ ਚਰਨ ਵਾਲਾ ਨਿੱਕਾ-ਨਿੱਕਾ ਘਾਹ ਪਾਣੀ 'ਚ ਨਜ਼ਰ ਹੀ ਨਹੀਂ ਸੀ ਆਉਂਦਾ ਉਧਰ ਮੱਕੀ ਵਾਲੇ ਖੇਤ ਵਿੱਚ ਛੱਲੀਆਂ ਨੂੰ ਦਾਣਾ ਪੈ ਗਿਆ ਜਿੰਨੀ ਕੁ ਦੇਰ ਮੀਂਹ ਰੁਕਿਆ ਰਹਿੰਦਾ ਨਾਲ ਦੇ ਰੁੱਖਾਂ ਤੋਂ ਕਾਂ, ਤੋਤੇ ਤੇ ਹੋਰ ਪੰਛੀ ਹੱਲਾ ਕਰ ਕਰਕੇ ਆਉਂਦੇ ਤਾਂ ਛੱਲੀਆਂ ਦੀ ਫਰੋਲਾ ਫਰਾਲੀ ਕਰਦੇ ਮੈਨੂੰ ਤੇ ਤਾਇਏ ਈਸ਼ਰ ਨੂੰ ਛੱਲੀਆਂ ਦੀ ਰਾਖੀ ਬੈਠਣਾ ਪੈਂਦਾ ਸੀ ਰੋਲਾ ਗੋਲਾ ਕੀਤੇਆਂ ਪੰਛੀ ਖੇਤ ਵਿੱਚ ਉੱਡ ਜਾਂਦੇ ਪਰ ਅੱਖਾਂ ਦੇ ਫੌਰ ਵਿੱਚ ਛੱਲੀਆਂ ਨੂੰ ਫੇਰਾ ਪੈਂਦੇ ਤਾਇਆ ਖਾਲੀ ਪੀਪਾ ਖੜਕਾਈ ਜਾਂਦਾ ਹੜਾਤ ਹੜਾਤ ਕਰਦੇ ਆ ਸਾਡੇ ਸੰਗ ਪਟਨ ਹੋ ਗਏ ਪੰਛੀ ਸਾਡੀ ਪੇਸ਼ ਨਹੀਂ ਸੀ ਜਾਂਦੇ ਰਹੇ ਸੋ ਪਹਿਲਾ ਹੈ ਪ੍ਰਸ਼ਨ ਨੰਬਰ 1 ਝੜੀ ਕਦੋਂ ਲੱਗੀ ਸੀ ਇਹਦਾ ਉੱਤਰ ਹੈ ਐੜਾ ਭਾਦੋ ਦੇ ਪਹਿਲੇ ਪੱਖ ਵਿੱਚ ਨੰਬਰ 2 ਮੀਂਹ ਰੁਕੇ ਤਾਂ ਕੀ ਹੁੰਦਾ ਸੀ ਉੱਤਰ ਪੰਛੀ ਚੋਗ ਲਈ ਉਡਾਣ ਭਰਦੇ ਨੰਬਰ 3 ਪ੍ਰਸ਼ਨ ਨੰਬਰ 3 ਲੇਖਕ ਤੇ ਉਸਦਾ ਤਾਇਆ ਇਸ਼ਾਰ ਸਿੰਘ ਕਿਸ ਦੀ ਰਾਖੀ ਬੈਠੇ ਸਨ ਇਹਦਾ ਉੱਤਰ ਹੈ ਊੜਾ ਛਲੀਆਂ ਦੀ ਨੰਬਰ 4 ਆਇਆ ਪੰਛੀਆਂ ਨੂੰ ਡਰਾਉਣ ਲਈ ਕੀ ਖਿੜਕਾਈ ਜਾਂਦਾ ਸੀ ਇਹਦਾ ਉੱਤਰ ਹੈ ਐੜਾ ਖਾਲੀ ਪੀਪਾ ਨੰਬਰ 5 ਮੀਂਹ ਪੈਣ ਦਾ ਸਿਲਸਲਾ ਕਿੰਨੇ ਦਿਨ ਚੱਲਦਾ ਰਿਹਾ ਇਹਦਾ ਉੱਤਰ ਹੈ ਈੜੀ ਕਈ ਦਿਨ ਚੱਲਦਾ ਰਿਹਾ ਫਿਰ ਅੱਗੇ ਆ ਇੱਕ ਹੋਰ ਪੈਰਾ ਪ੍ਰਸ਼ਨ ਨੰਬਰ 3 ਏੜ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਤੋਂ ਪੜ੍ਹਦਾ ਹਾਂ ਵੇਣਾ ਸ਼ਹਿਰ ਵਿੱਚ ਇੱਕ ਅਜੀਹਾ ਆਦਮ ਕੱਦ ਬੁੱਤ ਬਣਾਇਆ ਹੋਇਆ ਹੈ ਜੋ ਵੇਖਣ ਵਾਲੇ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ ਅਜੀਹਾ ਇਸ ਲਈ ਕਿ ਇਸ ਬੁੱਤ ਦੇ ਦੋ ਨਹੀਂ ਚਾਰ ਹੱਥ ਹਨ ਚੋਹਾਂ ਵਿੱਚ ਹੀ ਹਾਕੀ ਸਟਿਕ ਹਨ ਇਹ ਬੁੱਤ ਹੈ ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ ਜਿਸ ਨੂੰ ਇੱਕ ਖੇਡ ਦੇਵਤਾ ਬਣਾ ਕੇ ਉਸ ਦੀ ਖੇਡ ਕਲਾ ਨੂੰ ਸਤਿਕਾਰ ਦਿੱਤਾ ਗਿਆ ਹੈ ਉਸ ਦਾ ਪਿਤਾ ਫੌਜ ਵਿੱਚ ਹੌਲਦਾਰ ਸੀ ਇਹ ਉਹੀ ਧਿਆਨ ਚੰਦ ਹੈ ਜੋ ਕਦੇ ਅੰਗਰੇਜ਼ ਭਾਰਤੀ ਫੌਜ ਵਿੱਚ ਛੋਟਾ ਜਿਹਾ ਸਿਪਾਹੀ ਹੁੰਦਾ ਸੀ ਜਿਸ ਨੇ ਇੱਕ ਦਿਨ ਆਪਣੇ ਦੇਸ਼ ਦੀ ਹੀ ਨਹੀਂ ਸਗੋ ਵਿਸ਼ਵ ਹਾਕੀ ਦੀ ਪ੍ਰਤੀਨਿਧਤਾ ਕੀਤੀ ਪ੍ਰਤੀਨਿਧਤਾ ਕੀਤੀ ਅਤੇ ਜਿਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਜਨਮ ਦਿਨ 29 ਅਗਸਤ ਨੂੰ ਸਮੁੱਚੇ ਦੇਸ਼ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਤੁਹਾਡਾ ਪਾਰਟ ਨੰਬਰ 18 ਦਾ ਜਿਹੜਾ ਹੈ ਉਹਦੇ ਵਿੱਚੋਂ ਲਿਆ ਗਿਆ ਹੈ ਹਾਕੀ ਦਾ ਜਾਦੂਗਰ ਧਿਆਨ ਚੰਦ ਦੇ ਵਿੱਚੋਂ ਠੀਕ ਹੈ ਜੀ। ਸੋ ਆਪਰੇਸ਼ਨ ਕਰਦੇ ਹਾਂ ਨੰਬਰ ਪ੍ਰਸ਼ਨ ਨੰਬਰ 1 ਧਿਆਨ ਚੰਦ ਦਾ ਸਤਿਕਾਰ ਕਿਸ ਤਰ੍ਹਾਂ ਕੀਤਾ ਗਿਆ ਹੈ? ਇਹਦਾ ਇਹਦਾ ਉੱਤਰ ਹੈ ਉੜਾ ਖੇਡ ਦੇਵਤਾ ਬਣਾ ਕੇ। ਨੰਬਰ 2 ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹਦਾ ਉੱਤਰ ਹੈ ਇਸਸਾ ਨੰ ਤੀਜਾ ਸਤ ਨੂੰ ਨੰਬਰ 3 ਧਿਆਨ ਚੰਦ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਇਹਦਾ ਉੱਤਰ ਹੈ ਉਹ ਫੌਜ ਵਿੱਚ ਹੌਲਦਾਰ ਸਨ ਨੰਬਰ 4 ਧਿਆਨ ਚੰਦ ਦਾ ਆਦਮ ਕਦ ਬੁੱਤ ਕਿਹੜੇ ਸ਼ਹਿਰ ਵਿੱਚ ਲੱਗਾ ਹੋਇਆ ਹੈ ਇਹਦਾ ਉੱਤਰ ਹੈ ਵਿਏਨਾ ਆਸਟਰੀਆ ਦਾ ਸ਼ਹਿਰ ਹੈ ਨੰਬਰ 5 ਧਿਆਨ ਚੰਦ ਅੰਗਰੇਜ਼ ਭਾਰਤੀ ਫੌਜ ਵਿੱਚ ਕੀ ਸੀ ਇਹਦਾ ਉੱਤਰ ਹੈ ਈਡੀ ਸਪਾਈਸ ਸੀ ਸੋ ਅੱਗੇ ਹੈ ਖਾਲੀ ਥਾਵਾਂ ਪਰ ਉਹ ਸੰਬੰਧਕ ਡੈਸ਼ ਪ੍ਰਕਾਰ ਦੇ ਹੁੰਦੇ ਹਨ ਸੋ 2 ਜਾਂ 6 ਦੀ ਆਪਸ਼ਨ ਹੈ ਪਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਅਤੇ ਸ਼ਾਇਦ ਗਲਤੀ ਨਾਲ ਲਿਖੋ ਗਿਆ ਹੈ ਉਸ ਤੋਂ ਬਾਅਦ ਹੈ ਨੰਬਰ 2 ਕਿਰਿਆ ਵਿਸ਼ੇਸ਼ਣ ਡੈਸ਼ ਪ੍ਰਕਾਰ ਦੇ ਹੁੰਦਿਆਂ ਨੇ ਦਾ ਉੱਤਰ ਹੈ 8 ਅਗਿਆ ਸਹੀ ਜਾਂ ਗਲਤ ਕਾਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ ਇਹ ਦੱਸਣਾ ਹੈ ਸਹੀ ਹੈ ਗਲਤ ਹੈ ਇਹ ਸਹੀ ਹੈ ਜੀ ਹਾਂ ਤਿੰਨ ਪ੍ਰਕਾਰ ਦੇ ਹੁੰਦੇ ਹਨ ਭੂਤ ਵਰਤਮਾਨ ਤੇ ਭਵਿਕਤ ਕਾਲ ਨੰਬਰ ਅੜਾ ਜਿਹੜਾ ਆਉਣ ਵਾਲੇ ਸਮੇਂ ਦਾ ਬੋਧ ਕਰਵਾਉਂਦਾ ਉਸ ਨੂੰ ਵਰਤਮਾਨ ਕਾਲ ਕਹਿੰਦੇ ਹਨ ਇਹ ਗਲਤ ਹੈ ਉਹਨੂੰ ਭਵਿਕਤ ਕਾਲ ਕਹਿੰਦੇ ਹਨ ਅੱਗੇ ਹੈ ਨੰਬਰ 5 ਮਿਲਾਨ ਕਰਨਾ ਹੈ ਇਹ ਤੁਹਾਡੇ ਬਹੁਵਚਨ ਹਨ ਸਟਿੱਕ ਦਾ ਸਟਿਕਾ ਨਾਲ ਛੱਲੀ ਦਾ ਛਲੀਆਂ ਨਾਲ ਫੌਜ ਦਾ ਫੌਜਾਂ ਨਾਲ ਚੌਂ ਦਾ ਚੌਂਾ ਨਾਲ ਸੋ ਅੱਗੇ ਹੈ ਪਾਗ ਐੜਾ ਪ੍ਰਸ਼ਨ ਨੰਬਰ 5 ਕਿਸੇ ਇੱਕ ਆਫ ਟੂਟੇ ਦਾ ਭਾਵ ਸਪਸ਼ਟ ਕਰੋ ਸੋ ਊੜਾ ਜਿੱਥੇ ਜਿੱਤੇ ਸ਼ਹੀਦਾਂ ਦੀ ਰਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ ਸੋ ਇਹਦਾ ਭਾਵ ਅਰਥ ਬੰਦਾ ਹੈ ਜਿੱਥੇ ਜਿੱਤੇ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਉੱਥੇ ਅਣਖੀ ਯੋਧੇ ਪੈਦਾ ਹੁੰਦੇ ਹਨ ਤਰਦੂ ਆਪਸ਼ਨ ਵੀ ਹੈ ਦੂਸਰਾ ਵੀ ਕਰ ਸਕਦੇ ਹਾਂ ਅਸੀਂ ਉੱਪਰ ਵਾਲਾ ਲੈ ਕੇ ਆਏ ਹਾਂ ਉਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 6 ਕੋਈ ਤਿੰਨ ਪ੍ਰਸ਼ਨਾਂ ਦੇ ਉੱਤਰ ਲਿਖੋ ਕੂੜਾ ਧਿਆਨ ਚਾਨ ਦਾ ਬੁੱਤ ਕਿੱਥੇ ਲੱਗਾ ਹੋਇਆ ਹੈ ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹੈ ਉੱਤਰ ਧਿਆਨ ਚਾਨ ਦਾ ਬੁੱਤ ਵੀਨਾ ਵਿੱਚ ਲੱਗਾ ਹੋਇਆ ਹੈ ਇਸ ਬੁੱਤ ਦੇ ਹੱਥ ਦੋ ਨਹੀਂ ਸਗੋਂ ਚਾਰ ਹਨ ਤੇ ਚੋਹਾਂ ਵਿੱਚ ਹੀ ਆਕੀ ਸਟਿੱਕਾਂ ਹਨ ਸੋ ਅੱਗੇ ਐਡਾ ਈਸ਼ਰ ਅਤੇ ਈਸ਼ਰ ਆਏ ਦਲਿੱਦਰ ਜਾਏ ਤੁਕ ਤੋਂ ਕੀ ਭਾਵ ਹੈ ਉੱਤਰ ਇਸ ਦਾ ਭਾਵ ਹੈ ਕਿ ਲੋੜੀ ਤੋਂ ਪਹਿਲਾਂ ਸਰਦੀ ਦੀ ਸੁਸਤੀ ਚਲੀ ਜਾਵੇ ਹਰ ਕੋਈ ਉਦਮੀ ਹੋ ਕੇ ਕੰਮ ਕਰੇ ਤੇ ਖੁਸ਼ਹਾਲੀ ਲਿਆਵੇ ਅਗਿਆਸ਼ਨ ਈੜੀ ਸਾਡਾ ਰਾਸ਼ਨੀ ਰਾਸ਼ਟਰੀ ਗਾਨ ਕਿਹੜਾ ਹੈ ਤੇ ਇਸ ਦਾ ਲੇਖਕ ਕੌਣ ਹੈ ਉੱਤਰ ਜਨ ਗਨ ਮਨ ਸਾਡਾ ਰਾਸ਼ਟਰੀ ਗਾਨ ਹੈ ਇਸ ਦਾ ਲੇਖਕ ਰਵਿੰਦਰਨਾਥ ਟੈਗੋਰ ਹੈ ਅਗਿਆਸਾ ਲੋੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ ਉੱਤਰ ਲੋੜੀ ਦਾ ਤਿਉਹਾਰ ਪੰਜਾਬ ਵਿੱਚ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ ਇਤਿਹਾਰ ਨਵੇਂ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਮਨਾਇਆ ਜਾਂਦਾ ਹੈ। ਅਗਿਆਸ ਸਵਾਲ ਰਸ਼ਨ ਸਾਇੰਸ ਸਿਟੀ ਕਿੱਥੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ ਕਿੰਨਾ ਹੈ? ਉੱਤਰ ਸਾਇੰਸ ਸਿਟੀ ਜਲੰਧਰ ਕਪੂਰਥਲਾ ਸੜਕ ਤੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ 72 ਏਕੜ ਹੈ। ਸੋ ਅਗਿਆ ਪ੍ਰਸ਼ਨ ਨੰਬਰ 7 ਕੋਈ ਦੋ ਮੁਹਾਵਰੇ ਦੇ ਵਾਕ ਬਣਾਓ ਥੱਲੇ ਪੰਜ ਦਿੱਤੇ ਹੋਣਗੇ ਠੀਕ ਹੈ ਜੀ ਸੋ ਪੰਜਾਂ ਚੋਂ ਤੁਸੀਂ ਦੋ ਕਰਨੇ ਹਨ ਅਸੀਂ ਤੁਹਾਡੇ ਲਈ ਸਾਰੇ ਲੈ ਕੇ ਆਏ ਹਾਂ। ਸੋ ਕਰਦੇ ਹਾਂ। ਨੰਬਰ 1 ਪਾਜ ਖੁੱਲ ਜਾਣਾ ਇਹਦਾ ਉੱਤਰ ਆ ਭਾਵ ਹੈ ਪੇਤ ਖੁੱਲ ਜਾਣਾ ਸਿਮਰਨ ਦੇ ਝੂਠ ਦਾ ਜਦੋਂ ਪਤਾ ਲੱਗਾ ਤਾਂ ਉਸਨੇ ਸ਼ਰਮ ਦੇ ਮਾਰਿਆਂ ਘਰ ਤੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਸਿਮਰਨ ਦੇ ਝੂਠ ਦਾ ਜਦੋਂ ਪਾਜ ਲੱਗਾ ਤਾਂ ਉਸਨੇ ਸ਼ਰਮ ਦੇ ਮਾਰਿਆਂ ਘਰ ਤੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਨੰਬਰ 3 ਪਾਪੜ ਵੇਲਣਾ ਕਿਸੇ ਕੰਮ ਨੂੰ ਕਰਨ ਲਈ ਬਹੁਤ ਯਤਨ ਕਰਨੇ ਸੁਭਾਖ ਹੈ ਸੁਖਦੀਪ ਨੇ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਪਾਪੜ ਵੇਲੇ ਤਾਂ ਕਿਤੇ ਜਾ ਕੇ ਉਸ ਨੂੰ ਨੌਕਰੀ ਮਿਲੀ ਨੰਬਰ 3 ਨੂੰ ਪੁੱਠੀਆਂ ਛਾਲਾ ਮਾਰਨੀਆ ਯਾਨੀ ਕਿ ਬਹੁਤ ਖੁਸ਼ ਹੋਣਾ ਰਿਪਜੀਤ ਨੂੰ ਜਦੋਂ 10ਵੀਂ ਵਿੱਚੋਂ ਪਾਸ ਆਉਂਦਾ ਪਤਾ ਲੱਗਾ ਤਾਂ ਉਸਨੇ ਪੁੱਠੀਆਂ ਛਾਲਾ ਮਾਰਦਾ ਪੁੱਠੀਆਂ ਛਾਲਾ ਮਾਰਦਾ ਫਿਰਦਾ ਸੀ ਨੰਬਰ 4 ਪੈਰਾਂ ਹੇਠੋਂ ਜ਼ਮੀਨ ਖਿਸਕਣਾ ਯਾਨੀ ਘਬਰਾ ਜਾਣਾ ਜਦੋਂ ਗੁਰਜੀਤ ਦੀ ਮਾਤਾ ਨੂੰ ਆਪਣੇ ਪੁੱਤਰ ਦੇ ਨਸ਼ਾ ਵਿੱਚ ਹੋਣ ਬਾਰੇ ਪਤਾ ਲੱਗਾ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਨੰਬਰ 5 ਫਿੱਕਾ ਪੈਣਾ ਯਾਨੀ ਕਿ ਸ਼ਰਮਿੰਦਾ ਹੋਣਾ ਬਲਜੀਤ ਸਿੰਘ ਆਪਣੇ ਪੁੱਤਰ ਦੇ ਚੰਗੇ ਹੋਣ ਦੀਆਂ ਗਵਾਹੀਆਂ ਦਿੰਦਾ ਸੀ ਪਰ ਜਦੋਂ ਪਰੀ ਪੰਚਾਇਤ ਵਿੱਚ ਪੁੱਤਰ ਦੀ ਚੋਰੀ ਸਾਬਤ ਹੋਈ ਤਾਂ ਪਰੀ ਪੰਚਾਇਤ ਵਿੱਚ ਆਪਣੇ ਪੁੱਤਰ ਕਰਕੇ ਫਿੱਕਾ ਪੈ ਗਿਆ। ਸੋ ਅੱਗੇ ਹੈ ਪ੍ਰਸ਼ਨ ਨੰਬਰ 8 ਲੇਖ ਤੁਹਾਡੇ ਕੋਲ ਇਹਦੇ ਵਿੱਚ ਤਿੰਨ ਆਪਸ਼ਨ ਆਣ ਗਏ ਆ ਲੇਖ ਲਿਖਣਾ ਹੈ ਦੀਵਾਲੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਾਂ ਫਿਰ ਫੀਸ ਮਾਫੀ ਲਈ ਸਕੂਲ ਮੁਖੀ ਨੂੰ ਬਿਨੇ ਪੱਤਰ ਲਿਖਣਾ ਹੈ ਤੁਹਾਨੂੰ ਜਿਹੜਾ ਵੀ ਆਉਂਦਾ ਹੋਇਆ ਚੰਗੀ ਤਰ੍ਹਾਂ ਉਹ ਲਿਖਣਾ ਹੈ। ਸੋ ਜ਼ਿਆਦਾਤਰ ਵਿਦਿਆਰਥੀ ਫੀਸ ਮਾਫੀ ਜਿਹੜੀ ਅਰਜੀ ਹੈ ਉਹਨੂੰ ਦੇਖਣਗੇ ਠੀਕ ਹੈ ਜੀ ਸੋ ਪਹਿਲਾਂ ਇੱਕ ਲੇਖ ਵੀ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੋ ਪੜ੍ਹਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇਰ ਬਲਵਾ ਸਭ ਤੋਂ ਪਹਿਲਾਂ ਭੂਮਿਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਆਪ ਦੇ ਜਨਮ ਸਮੇਂ ਚਾਰੇ ਪਾਸੇ ਜ਼ਬਰ ਜ਼ੁਲਮ ਹੋ ਰਿਆ ਸੀ ਲੋਕ ਵਹਿਮਾਂ ਪਰਮਾਂ ਅੰਧ ਵਿਸ਼ਵਾਸ਼ਾ ਅਤੇ ਕਰਮ ਕਾਂਡਾਂ ਵਿੱਚ ਫਸੇ ਹੋਏ ਸਨ ਆਪ ਨੇ ਪਹਿਲੀ ਵਾਰ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਜਨਮ ਤੇ ਮਾਤਾ ਪਿਤਾ ਆਪ ਦਾ ਜਨਮ 1469 ਈਸਵੀ ਨੂੰ ਮਹਤਾ ਕਾਲੂ ਦੇ ਘਰ ਪਿੰਡ ਰਾਏਪੋਏ ਦੀ ਤਲਵੰਡੀ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਮਾਤਾ ਤ੍ਰਿਪਤਾ ਦੇਵੀ ਦੇ ਘਰ ਹੋਇਆ ਆਪ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਸੀ ਕਰ ਕਰਮकांड ਮੰਨਣ ਦਾ ਵਿਰੋਧ ਬਚਪਨ ਵਿੱਚ ਆਪ ਨੇ ਜਨੂ ਬਾਂਦ ਦੀ ਰਸਮ ਤੋਂ ਇਨਕਾਰ ਕਰਦਿਆਂ ਸੱਚ ਅਤੇ ਸੰਤੋਖ ਦਾ ਜਨੂ ਪੈਣ ਦੀ ਗੱਲ ਕੀਤੀ ਸੱਚਾ ਸੋਦਾ ਆਪ ਜੀ ਦੇ ਪਿਤਾ ਨੇ ਇੱਕ ਵਾਰ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਰਸਤੇ ਵਿੱਚ ਆਪ ਨੂੰ ਭੁੱਖੇ ਸਾਧੂ ਮਿਲ ਗਏ ਆਪ ਉਹਨਾਂ ਨੂੰ ਭੋਜਨ ਸ਼ਿਕਾ ਕੇ ਖਾਲੀ ਹੱਥ ਘਰ ਮੁੜ ਗਏ ਆਪ ਦੇ ਪਿਤਾ ਇੱਕ ਇਸ ਸੌਦੇ ਤੋਂ ਬਹੁਤ ਨਰਾਜ਼ ਹੋਏ ਸultanpur lodi ਨੌਕਰੀ ਕਰਨਾ ਆਪ ਦੇ ਪਿਤਾ ਨੇ ਨੌਕਰੀ ਕਰਨ ਲਈ ਆਪ ਨੂੰ sultanpur lodi ਬੇਬੇ ਨਾਨਕੀ ਕੋਲ ਭੇਜ ਦਿੱਤਾ ਆਪ ਨੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਆਪ ਉੱਥੇ ਵੀ 13-13 ਕਰਕੇ ਸੌਦਾ ਤੋਲਦੇ ਰਹੇ ਅਤੇ ਆਪਣੀ ਤਨਖਾਹ ਚ ਲੋੜਵਿੰਦਾਂ ਦੀ ਮਦਦ ਕਰਦੇ ਰਹੇ ਵਿਆਹ ਦੁਨਿਆਵੀ ਕੰਮਾਂ ਵਿੱਚ ਧਿਆਨ ਲੱਗਦਾ ਦੇਖ ਆਪ ਦਾ ਵਿਆਹ ਬੀਬੀ ਸੁਰਖਣੀ ਨਾਲ ਕਰ ਦਿੱਤਾ ਗਿਆ ਆਪ ਦੇ ਘਰ ਦੋ ਪੁੱਤਰੀਆਂ ਦੋ ਪੁੱਤਰਾਂ ਸ਼੍ਰੀ ਚੰਦ ਅਤੇ ਲਕਸ਼ਮੀ ਚੰਦ ਦਾਸ ਦੇ ਜਨਮ ਲਿਆ ਉਦਾਸੀਆਂ ਗ੍ਰਸਥ ਜੀਵਨ ਵਿੱਚ ਆਪ ਦਾ ਮਨ ਜਿਆਦਾ ਸਮਾਂ ਨਾਲ ਲੱਗਾ ਆਪ ਦੁਨੀਆਂ ਦਾ ਸੁਧਾਰ ਕਰਨ ਲਈ ਯਾਤਰਾ ਤੇ ਨਿਕਲ ਪਏ ਆਪਣੇ ਮਰਦਾਨੇ ਨਾਲ ਚਾਰੋਂ ਦਿਸ਼ਾਵਾਂ ਵਿੱਚ ਉਦਾਸੀ ਕੀਤੀ ਸਿੱਖਿਆ ਆਪਨੇ ਦੇਸ਼ ਵਿਦੇਸ਼ ਵਿੱਚ ਘੁੰਮ ਕੇ ਲੋਕਾਂ ਨੂੰ ਵਹਿਮ ਪਰਮਾਤਮਾ ਤੋਂ ਬਾਹਰ ਕੱਢਿਆ ਤੇ ਲੋਕਾਂ ਨੂੰ ਕਿਰਤ ਕਰਨ ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਆਪਨੇ ਇਹ ਸਿੱਖਿਆ ਦਿੱਤੀ ਕਿ ਪ੍ਰਮਾਤਮਾ ਇੱਕ ਹੈ ਤੇ ਅਸੀਂ ਸਭ ਉਸ ਦੀ ਔਲਾਦ ਹਾਂ ਸਾਰੇ ਇੱਕ ਸਮਾਨ ਹਨ ਅੰਤਿਮ ਸਮਾਂ ਆਪ ਦਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਖੇਤੀ ਕਰਦਿਆਂ ਗ੍ਰਸਥ ਜੀਵਨ ਜੁੰਦਿਆਂ ਬਤੀਤ ਹੋਇਆ ਆਲੰਤ ਪਾਈ ਲੈਣਾ ਜੀ ਨੂੰ ਗੁਰਗੱਦੀ ਸੌਂਪ ਕੇ 70 ਸਾਲ ਦੀ ਉਮਰ ਵਿੱਚ 1539 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ ਤੁਹਾ ਗਿਆ ਫੀਸ ਮੁਆਫੀ ਲਈ ਸਕੂਲ ਮੁਖੀ ਨੂੰ ਪੱਤਰ ਲਿਖੋ ਸੇਵਾ ਵਿਖੇ ਮੁੱਖ ਦੀ ਆਪਕ ਸਰਕਾਰੀ ਜਾਂ ਜਿਹੜਾ ਵੀ ਤੁਹਾਡਾ ਸਕੂਲ ਦਾ ਨਾਮ ਹੈ ਥੱਲੇ ਸ਼ਹਿਰ ਦਾ ਨਾਮ ਲਿਖਣਾ ਹੈ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੇਰੇ ਪਿਤਾ ਜੀ ਮਜ਼ਦੂਰੀ ਦਾ ਕੰਮ ਕਰਦੇ ਹਨ ਉਹਨਾਂ ਦੀ ਆਮਦਨ ਬਹੁਤ ਘੱਟ ਹੈ ਉਹਨਾਂ ਦੀ ਕਮਾਈ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ ਗਰੀਬੀ ਕਾਰਨ ਉਹ ਮੇਰੀ ਫੀਸ ਨਹੀਂ ਦੇ ਸਕਦੇ ਕਿਰਪਾ ਕਰਕੇ ਉਹ ਮੇਰੀ ਪੜਾਈ ਬੰਦ ਕਰਨਾ ਚਾਹੁੰਦੇ ਹਨ ਮੈਨੂੰ ਪੜਾਈ ਦਾ ਬਹੁਤ ਸ਼ੌਂਕ ਹੈ ਮੈਂ ਹਰ ਸਾਲ ਜਮਾਤ ਵਿੱਚ ਹਵਲਾ ਹੁੰਦਾ ਹਾਂ ਮੈਂ ਫੁੱਟਬਾਲ ਦਾ ਵਧੀਆ ਖਿਡਾਰੀ ਹਾਂ ਸੋ ਕਿਰਪਾ ਕਰਕੇ ਮੇਰੀ ਫੀਸ ਮਾਫ ਕੀਤੀ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਅਗਿਆਕਾਰੀ ਠੀਕ ਹੈ ਨਾਮ ਲਿਖਣਾ ਹੈ ਰੋਲ ਨੰਬਰ ਲਿਖਣਾ ਹੈ ਜਮਾਤ ਲਿਖਣੀ ਹੈ ਮਿਤੀ ਜ਼ਰੂਰ ਲਿਖਣੀ ਹੈ ਨਹੀਂ ਤਾਂ ਤੁਹਾਡੇ ਸਿੱਦੇ ਦੇ ਵਿੱਚੋਂ ਨੰਬਰ ਕੱਟੇ ਜਾਣਗੇ ਠੀਕ ਹੈ ਜੀ ਸੋ ਅੱਗੇ ਆਖਰੀ ਪ੍ਰਸ਼ਨ ਨੰਬਰ 9 ਖਾਨਿਆਂ ਵਿੱਚ ਕੋਈ 10 ਸਾਰ ਤੱਕ ਸ਼ਬਦ ਲੱਭ ਕੇ ਲਿਖੋ ਜਿਨ੍ਹਾਂ ਦਾ ਕੋਈ ਮਤਲਬ ਬਣਦਾ ਹੋਵੇ ਸੋ ਜਿਵੇਂ ਕਿ ਤੁਸੀਂ ਦੇਖਿਆ ਸੀ ਲਾਈਨਾਂ ਲਗਾ ਦਿੱਤੀਆਂ ਹਨ ਜਿੱਦਾਂ ਕਾਣਕ ਹੈ ਉਸ ਤੋਂ ਬਾਅਦ ਹੈ ਮਾਤਾ ਠੀਕ ਹੈ ਜੀ ਫਿਰ ਉੱਪਰ ਕੱਕੇ ਤੋਂ ਲੈ ਕੇ ਥੱਲੇ ਰਾਰੇ ਤੱਕ ਹੈ ਕਬੂਤਰ ਫਿਰ ਉੱਪਰੋਂ نیچے ਹੈ ਹਾਥੀ ਫਿਰ ਹੈ ਕਮਲ ਫਿਰ ਹੈ ਕਮਰਾ ਫਿਰ ਹੈ ਕਾਕਾ ਸੋ ਕਾਸ਼ਤ ਹੈ ਮਾਲਾ ਹੈ ਗਮਲਾ ਹੈ ਸਰਕਸ ਹੈ ਦਾਦਾ ਹੈ ਸੋ ਇਹ ਸਾਰੇ ਜਿਹੜੇ ਹਨ ਅਸੀਂ ਤੁਹਾਡੇ ਇਹ ਸਹੂਲਤਾਂ ਦੇ ਅੰਟਰਟੇਨ ਕਰ ਦਿੱਤੇ ਹਨ ਸੋ ਇੱਕ ਵਾਰੀ ਜ਼ਰੂਰ ਦੇਖ ਲੈਣਾ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਹੱਦ ਤੱਕ ਲਈ ਧੰਨਵਾਦ